ਅੱਜ ਤਰਨਤਾਰਨ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਨਮਸਤਕ ਹੋਇਆ ਔਰ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਕਿ ਅੱਜ ਇੱਥੇ ਨਮਸਤਕ ਹੋਣ ਤੋਂ ਬਾਅਦ ਚੁਣਾਵ ਪ੍ਰਚਾਰ ਜਿਹੜਾ ਹੈ ਅੱਜ ਤੋਂ ਜਿਹੜਾ ਹੈ ਖਡੂਰ ਸਾਹਿਬ ਵਿਖੇ ਸ਼ੁਰੂ ਕਰ ਦਿੱਤਾ ਜਾਵੇਗਾ। ਦੱਸ ਦਈ ਖਡੂਰ ਸਾਹਿਬ ਦੀ ਸੀਟ ਦੇ ਉੱਪਰੋਂ ਅੰਮ੍ਰਿਤਪਾਲ ਸਿੰਘ ਦੇ ਚੁਣਾਵ ਲੜਨ ਦੀ ਗੱਲ ਹੋਈ ਸੀ ਔਰ ਜਿਸ ਤੋਂ ਬਾਅਦ ਪਰਿਵਾਰ ਨੇ ਇਸ ਦਾ ਜਿਹੜਾ ਸੀ ਜ਼ਿਕਰ ਕੀਤਾ ਸੀ ਔਰ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਜਿਹੜਾ ਹੈ ਅੱਜ ਤਰਨਤਾਰਨ ਵਿਖੇ ਪਹੁੰਚਦਾ ਹੈ। ਉੱਥੇ ਗੁਰਦੁਆਰਾ ਸਾਹਿਬ ਵਿਖੇ ਨਮਸਤਕ ਹੋਇਆ, ਉਹਨਾਂ ਦੇ ਨਾਲ ਕਈ ਸਿੱਖ ਜਥੇਬੰਦੀਆਂ ਜਿਹੜੀਆਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਔਰ ਬੀਬੀ ਖਾਲੜਾ ਜਿਹੜੇ ਨੇ ਉਹ ਵੀ ਉੱਥੇ ਪਹੁੰਚੇ, ਉਹਨਾਂ ਦਾ ਸਮਰਥਨ ਦਿੱਤਾ ਗਿਆ ਔਰ ਅੱਜ ਤੋਂ ਜਿਹੜਾ ਉਹਨਾਂ ਦਾ ਚੁਣਾਵ ਪ੍ਰਚਾਰ ਸ਼ੁਰੂ ਹੋ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਜਿਵੇਂ ਪਤਾ ਹੀ ਹੈ ਸਾਰਿਆਂ ਨੂੰ ਕਿ ਅੰਮ੍ਰਿਤਪਾਲ ਸਿੰਘ ਜੀ ਹਜ਼ੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ, ਉਹਦੇ ਵਾਸਤੇ ਅਸੀਂ ਅਕਾਲ ਤਖ਼ਤ ਤੋਂ ਅਰਦਾਸ ਕਰਕੇ ਚੱਲੇ ਸੀ। ਸੰਗਤਾਂ ਦਾ ਬਹੁਤ ਪਿਆਰ ਮਿਲ ਰਿਹਾ ਅਤੇ ਸੰਗਤਾਂ ਨੂੰ ਅਪੀਲ ਵੀ ਆ ਕਿ ਵੱਧ ਤੋਂ ਵੱਧ ਸਹਿਯੋਗ ਦੇ ਕੇ ਉਹਨਾਂ ਨੂੰ ਕਾਮਯਾਬ ਕਰੋ ਅਤੇ ਜੋ ਬੰਦੀ ਸਿੰਘ ਜਾਂ ਹੋਰ ਨਸ਼ਿਆਂ ਦੇ ਮਸਲੇ ਉਹ ਹੱਲ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ। ਇਹ ਮੇਨ ਮੁੱਦਾ ਤਾਂ ਨਸ਼ੇ ਆ ਅਤੇ ਜਾਂ ਬੰਦੀ ਸਿੰਘਾਂ ਦਾ ਹੀ ਹੈ, ਬਾਕੀ ਜਦੋਂ ਉਹ ਬਾਹਰ ਆਉਣਗੇ ਤਾਂ ਫਿਰ ਉਹ ਸਾਰੇ ਮੁੱਦਿਆਂ ਨੂੰ ਕੋਈ ਤੁਹਾਨੂੰ ਪਤਾ ਜਿੰਨੇ ਵੀ ਮੁੱਦੇ ਹੋਣਗੇ ਸਾਰਿਆਂ 'ਤੇ ਹੀ ਕੰਮ ਕੀਤਾ ਜਾਊਗਾ। ਯਾਰ ਕਿੱਧਰੋਂ ਤੁਰਿਆ ਅਤੇ ਕਿੱਧਰ ਜਾਣਾ ਜੀ? ਅੱਜ ਅਸੀਂ ਜੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਤਰਨ ਤਾਰਨ ਸਾਹਿਬ ਤੋਂ ਖਡੂਰ ਸਾਹਿਬ ਇਹ ਤਾਂ ਜੀ ਬਟੋਵਾ ਸਾਹਿਬ ਨੂੰ ਜਾਂ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਜਿੱਦਾਂ ਦਾ ਹਾਲਾਤ ਬਣੇ ਪਏ ਆ ਕੌਮ ਦੇ, ਉਹਦੇ ਵਾਸਤੇ ਉਹਨਾਂ ਨੂੰ ਉਮੀਦਵਾਰ ਨਹੀਂ ਸੀ ਤਾਰਨਾ ਚਾਹੀਦਾ। ਅਜੇ ਵੀ ਅਸੀਂ ਅਪੀਲ ਕਰਾਂਗੇ ਕਿ ਫੈਸਲੇ 'ਤੇ ਦੁਬਾਰਾ ਗੌਰ ਕਰਨ। ਇਹ ਕੀ ਹੈ ਕਿ ਸਿੱਖਾਂ ਦੀ ਹਾਲਾਤ ਬਹੁਤ ਬੁਰੇ ਹੋਏ ਪਏ, ਸਿੱਖਾਂ ਦੀ ਕੋਈ ਗੱਲ ਸੁਣੀ ਨਹੀਂ ਜਾ ਰਹੀ, ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਕੇ ਹੀ ਕੰਮ ਕਰਨ ਦੀ ਲੋੜ ਸੀਗੀ ਅਤੇ ਅਜੇ ਵੀ ਅਸੀਂ ਤਾਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਆਪਣੇ ਫੈਸਲੇ 'ਤੇ ਗੌਰ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਮਤਲਬ ਬਿਨਾਂ ਮੁਕਾਬਲਾ ਕਾਮਯਾਬ ਕੀਤਾ ਜਾਵੇ ਅਤੇ ਸਿੱਖ ਕੌਮ ਦੀ ਬਹੁਤ ਵੱਡੀ ਗੱਲ ਹੋਊਗੀ। ਨਹੀਂ ਮਿਲੇ ਨਹੀਂ ਗਏ, ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ, ਮਿਲਣ ਦੀ ਲੋੜ ਪਈ ਤਾਂ ਮਿਲ ਵੀ ਸਕਦੇ। ਮਿਲੋਗੇ? ਹਾਂਜੀ। ਕਿਹਨੂੰ ਮਿਲੋਗੇ? ਅਗਰ ਕੋਈ ਆਫਰ ਹੁੰਦੀ ਆ ਜਾਂ ਕੋਈ ਗੱਲ ਹੁੰਦੀ ਵਿੱਚ ਤਾਂ ਕਿਸੇ ਨੂੰ ਮਿਲ ਸਕਦੇ ਜੇ ਅਗਰ ਨਹੀਂ? ਉਹ ਆਏ ਸੀ, ਉਹ ਆ ਕੇ ਉਹ ਜਿਹੋ ਜਿਹੀਆਂ ਗੱਲਾਂ ਕਰ ਰਹੇ ਸੀ, ਉਹਨਾਂ ਦਾ ਕੋਈ ਮਤਲਬ ਨਹੀਂ ਸੀ ਹੈਗਾ ਜੀ। ਨਾ ਕੋਈ ਉਹ ਕਹਿ ਰਹੇ ਸੀ ਤੁਹਾਡੇ ਪਰਿਵਾਰ ਨੇ ਸਾਨੂੰ ਸਹਿਯੋਗ ਦੇਣ ਵਾਸਤੇ ਕਿਹਾ ਸੀ, ਅਸੀਂ ਕਿਹਾ ਕਿ ਸਾਡੇ ਨਾਲ ਤੁਸੀਂ ਕਦੇ ਮਿਲੇ ਵੀ ਨਹੀਂ ਗਏ, ਦੋ ਤਿੰਨ ਮਹੀਨੇ ਹੋ ਗਏ, ਸਹਿਯੋਗ ਦੀ ਕਿਹੜੇ ਵਾਲੀ ਗੱਲ ਹੋਈ, ਸਹਿਯੋਗ ਦੇਣਾ ਹੁੰਦਾ ਤਾਂ ਅਸੀਂ ਅਸੀਂ ਕਿਉਂ ਖੜਾ ਕਰਦੇ? ਤਾਂ ਪੰਜਾਬ ਦੀ ਸਰਕਾਰ ਇੱਡੀ ਵਧੀਆ ਲੋਕਾਂ ਨੇ ਚੁਣੀ ਆ, ਉਹ ਤਾਂ ਉਹ ਜਿਹੜੇ ਸਰਕਾਰ ਚੁਣੀ ਉਹ ਤਾਂ ਸਾਰਿਆਂ ਦੇ ਸਾਹਮਣੇ ਆ, ਸਰਕਾਰ ਦੂਜਿਆਂ ਤੋਂ ਦੁਖੀ ਹੋ ਕੇ ਚੁਣੇ ਸੀ, ਪਰ ਇਹਨੇ ਬਹੁਤ ਛੇਤੀ ਦੁਖੀ ਕਰ ਦਿੱਤਾ ਜੀ। ਜਿਵੇਂ ਦੇਖਦੇ ਹੋ ਪਿਛਲੀ ਵਾਰ ਵੀ ਤੁਸੀਂ ਇਲੈਕਸ਼ਨ ਲੜੀ, ਉਦੋਂ ਵੀ ਜਿਹੜਾ ਅਕਾਲੀ ਦਲ ਦੋ ਪਾਰਟ ਹੋ ਗਿਆ ਅਤੇ ਜਿਹੜੀ ਵੋਟਾਂ ਕੱਟੇ ਗਈ ਤਾਂ ਡਿੰਪਲ ਜਿੱਤ ਗਈ, ਇਸ ਵਾਰੀ ਕਿੱਦਾਂ ਵੇਖਦੇ ਜਦੋਂ ਉਲਟੂਆ ਸਾਹਿਬ ਖਲੋ ਗਏ ਅਤੇ ਅੰਮ੍ਰਿਤਪਾਲ ਜੀ ਹੰਗਾਰਾ ਵੀ ਭਰਦੇ ਪਏ ਨੇ ਲੋਕਾਂ ਨਾਲ? ਹਾਂਜੀ, ਇਹੋ ਜਿਹਾ ਮਸਲਾ ਕਦੇ ਕਦੇ ਹੁੰਦਾ, ਪਰ ਮੈਨੂੰ ਲੱਗਦਾ ਇਸ ਵਾਰੀ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ। ਉਹਨਾਂ ਨੇ ਜਾਨ ਛੁਡਾਈ ਕੀਤੀ ਆ ਮਿਸਟਰ ਬਲਟੋਆ ਨੂੰ ਖੜਾ ਕਰਕੇ, ਅਤੇ ਸਾਨੂੰ ਲੱਗਦਾ ਵੀ ਅੱਜ ਕਿ ਉਹ ਪ੍ਰੋਬਲਮ ਨਹੀਂ ਆਊਗੀ ਜਿਹੜੀ ਪਹਿਲਾਂ ਸੀਗੀ। ਸਿਚੁਏਸ਼ਨ ਵੀ ਚੇਂਜ ਹੈ ਅਤੇ ਸਾਡੇ ਦੇ ਜਿਹੜੇ ਧੱਕੇ ਆ ਹੋਰ ਵੱਧ ਗਏ ਆ। ਅਸੀਂ ਬੰਦੀ ਸਿੰਘਾਂ ਦੇ ਮੋਰਚੇ ਲਾ ਕੇ ਵੱਡੇ ਜਿਹੜੇ ਸਾਡੇ 35-35 ਸਾਲ ਦੇ ਸਿੰਘ ਸੀ ਉਹਨਾਂ ਨੂੰ ਛਡਾਉਣ ਨੂੰ ਫਿਰਦੇ ਸੀ, ਪਰ ਸਾਡੇ ਉਹਨਾਂ ਨੇ ਆਰਟ ਗੁਰੂਗੜ੍ਹ 'ਚ NSA ਲੱਗ ਗਏ ਅਤੇ ਹੋਰ ਵੀ ਸਾਡਾ ਜਿਹੜਾ ਮਿਸ਼ਨ ਹੈ ਨਾ ਉਹ ਇਹੋ ਹੀ ਆ ਵੀ ਇਹ ਸਾਡਾ ਇਹ ਧਰਮ ਯੁੱਧ ਮੋਰਚਾ ਹੈ ਅਤੇ ਅਸੀਂ ਜਿਹੜੇ ਧਰਮੀ ਬੰਦੇ ਆ ਉਹ ਤਾਂ ਸਾਡੇ ਨਾਲ ਹੀ ਹੈ, ਪਰ ਜਿਹੜੇ ਲੋਕ ਪਿੱਛੇ ਪਛਤਾਵਾ ਕਰਦੇ ਰਹੇ ਆ ਕਿ ਬੀਬੀ ਖਾਲੜਾ ਨੂੰ ਅਸੀਂ ਵੋਟ ਨਹੀਂ ਪਾ ਸਕੇ ਕਿਸੇ ਵਜ੍ਹਾ ਕਰਕੇ, ਅੱਜ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਬੜਾ ਸੁਨਹਿਰੀ ਮੌਕਾ ਹੈ ਅਤੇ ਤੁਸੀਂ ਹੁਣ ਮੈਦਾਨ ਵਿੱਚ ਆਓ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਜਿਹੜੀ ਆ ਉਹ ਯਕੀਨੀ ਬਣਾਓ। ਪੰਜਾਬ 'ਚ ਜਿਸ ਤਰ੍ਹਾਂ ਭਾਜਪਾ ਦੇ ਹਰ ਇੱਕ ਕੈਂਡੀ ਖੜੇ ਕਰਦੇ ਹਰ ਕੌਂਸਟੀਚੁਐਂਸੀ ਵਿੱਚ, ਉਹਨੂੰ ਕਿੱਦਾਂ ਵੇਚਦੇ ਤੁਸੀਂ? ਨਹੀਂ ਜੀ, ਮੈਨੂੰ ਲੱਗਦਾ ਵੀ ਪੰਜਾਬ ਨੂੰ ਇਹ ਗੱਲ ਬਹੁਤ ਸੋਚਣੀ ਚਾਹੀਦੀ ਹੈ ਕਿ ਜੇ
ਬੀਜੇਪੀ ਦਾ ਪੈਰ ਧਰਾਵਾ ਹੋ ਗਿਆ ਪੰਜਾਬ ਦੇ ਵਿੱਚ ਅਤੇ ਬੜੀ ਮੁਸ਼ਕਲ ਬਣ ਜਾਣੀ ਹੈ ਸਾਡੇ ਲਈ, ਅਤੇ ਹੁਣੇ ਹੀ ਉਹਨਾਂ ਨੂੰ ਰੋਕੋ, ਹੁਣੇ ਹੀ ਰੋਕੋ, ਉਹਨਾਂ ਦਾ ਪੈਰ ਧਰਾਵਾ ਹੀ ਨਾ ਹੋਣ ਦਿਓ ਪੰਜਾਬ 'ਚ। ਖਾਲੜਾ ਜੀ ਦਾ ਮੁੱਦਾ ਕਿਉਂ ਨਹੀਂ ਇਹਨਾਂ ਲੈ ਰਹੇ? ਹਾਂਜੀ, ਖਾਲੜਾ ਜੀ ਦਾ ਮੁੱਦਾ ਕਿਉਂ ਨਹੀਂ ਲੈ ਹੁਣ ਅੰਮ੍ਰਿਤਪਾਲ? ਮੈਂ ਖੜੀ ਹਾਂ, ਖਾਲੜੇ ਦਾ ਮੁੱਦਾ ਕਿਉਂ ਨਹੀਂ ਲੈ ਰਹੇ? ਮੈਂ ਖੜੀ ਹਾਜ਼ਰ ਹਾਂ ਮੈਂ। ਕਿੰਨੇ ਸਾਡੇ 25,000 ਨੌਜਵਾਨ ਜਿਹੜੇ ਸ਼ਹੀਦ ਹੋਏ ਆ, ਉਹਨਾਂ ਦੀ ਸਰਪ੍ਰਸਤੀ ਹੇਠ ਲੜੀ ਜਾਣੀ ਹੈ। ਅੱਜ ਇਹ ਪਹਿਲਾ ਦਿਨ ਹੈ ਤੇ ਅੱਜ ਅਸੀਂ ਅੰਮ੍ਰਿਤਪਾਲ ਨੂੰ ਤਾਂ ਦੱਸ ਦਈਏ ਵੀ ਉਹ ਸਾਡਾ ਕੈਂਡੀਡੇਟ ਆ, ਉਹ ਸਾਡਾ ਕੈਂਡੀਡੇਟ ਆ, ਤੇ ਬਾਕੀ ਖਾਲੜੇ ਦੀ ਗੱਲ ਤਾਂ ਥੋੜੀ ਉੱਪਰ ਨਿਕਲ ਗਿਆ ਲੈਵਲ, ਉਹ ਤੇ ਵਰਲਡ ਲੈਵਲ ਦੀ ਗੱਲ ਬਣ ਗਈ ਆ। ਤੇ ਜੇ ਇਹ ਕੋਈ ਕਵੇ ਵੀ ਖਾਲੜੇ ਦੀ ਗੱਲ ਨਹੀਂ ਹੋ ਰਹੀ, ਤੇ ਫਿਰ ਮੇਰੇ ਤਾਂ ਕੋਈ ਮਹਿਨੇ ਨਹੀਂ ਇੱਥੇ ਖੜਨ ਦੇ, ਜੇ ਮੈਂ ਖੜੀ ਹਾਂ ਜੇ ਖਾਲੜੇ ਕਰਕੇ ਖੜੀ। ਮੈਦਾਨ ਵਿੱਚ ਮੈਂ ਸੋਚਿਆ ਸੀਗਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ, ਮੈਂ ਆਪਣਾ ਮਨ ਬਣਾਇਆ ਸੀ ਵੀ ਨਹੀਂ ਲੜਨੀ ਤੇ ਨਹੀਂ ਲੜਨੀ, ਪਰ ਹੁਣ ਅਸੀਂ ਮੈਦਾਨ ਨਹੀਂ ਖਾਲੀ ਛੱਡਣਾ, ਕਿਉਂਕਿ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਹੈ ਉਹ ਅਜੇ ਖਤਮ ਨਹੀਂ ਹੋਈ ਵੀ ਸਾਨੂੰ ਕੋਈ ਇਨਸਾਫ ਮਿਲ ਗਿਆ, ਅਸੀਂ ਉਸੇ ਇਨਸਾਫ ਲਈ ਫਿਰ ਦੁਬਾਰਾ ਮੈਂ ਮੈਦਾਨ ਦੇ ਵਿੱਚ। ਜਿਹੜੇ ਲੋਕ ਇਲੈਕਸ਼ਨ ਲੜ ਰਹੇ ਆ ਉਹ ਵੀ ਪਾਰਟੀਆਂ ਦੇ, ਉਹਨਾਂ ਦੇ ਨੁਮਾਇੰਦੇ ਹੈਗੇ, ਉਹਨਾਂ ਨੇ ਆਪਦਾ ਜ਼ੋਰ ਲਾਉਣਾ ਹੈ। ਤਰਨ ਤਰਨ ਤੋਂ ਸਿਧਾਰਥ ਅਰੋੜਾ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।